ਬਠਿੰਡਾ ਦੀ ਵਿਸ਼ਵਾਸ ਕਲੋਨੀ ਦੇ ਇਸ਼ਾ ਪੂਰਨਿਆ ਮੰਦਿਰ ਵਿਖੇ ਅੰਜਨੀ ਮਾਤਾ ਅਤੇ ਰਾਧਾ ਕ੍ਰਿਸ਼ਨ ਜੀ ਦੀ ਕੀਤੀ ਗਈ ਮੂਰਤੀ ਦੀ ਸਥਾਪਨਾ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅੱਜ ਮਦਰ ਡੇ ਹੈ ਅਤੇ ਅੱਜ ਹਨੂੰਮਾਨ ਜੀ ਦੇ ਮਾਤਾ ਜੀ ਅੰਜਨੀ ਮਾਤਾ ਅਤੇ ਰਾਧਾ ਕ੍ਰਿਸ਼ਨ ਜੀ ਦੀ ਸਾਡੇ ਵੱਲੋਂ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ। ਪਿਛਲੇ ਵਾਰੀ ਕਰੋਨਾ ਦੇ ਕਾਲ ਦੇ ਦੌਰਾਨ ਸਾਡੇ ਵੱਲੋਂ ਕੋਈ ਸਮਾਗਮ ਨਹੀਂ ਕੀਤਾ ਗਿਆ ਅਤੇ ਹੁਣ ਸਾਡੇ ਵੱਲੋਂ ਇੱਛਾ ਪੂਰਨਾ ਮੰਦਿਰ ਵਿਸ਼ਵਾਸ ਕਲੋਨੀ ਵਿਖੇ ਇੱਕ ਛੋਟਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਅੰਜਨੀ ਮਾਤਾ ਅਤੇ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਇੱਛਾਪੁਰ ਦੀ ਮਾਤਾ ਮੰਦਿਰ ਜਿਹੜਾ ਹੈਗਾ 2019 ਦੇ 18 ਦੇ ਵਿੱਚ ਸਥਾਪਿਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਹਨੂੰਮਾਨ ਜੀ ਅਤੇ ਗਣੇਸ਼ ਜੀ ਦੀ ਸ਼ਿਵ ਜੀ ਦੀ ਮੂਰਤੀ ਰੱਖੀ ਗਈ ਅਤੇ ਉਹਨਾਂ ਕਰਕੇ 2 ਸਾਲ ਵਾਸਤੇ ਸਟੋਪੇਜ ਹੋ ਗਿਆ ਸੀ। ਇਸ ਤੋਂ ਬਾਅਦ ਕਿਉਂਕਿ ਅੱਜ ਮਦਰ ਡੇ ਹੈ, ਹਨੂੰਮਾਨ ਜੀ ਦੇ ਮਾਤਾ ਹਨੂੰਮਾਨ ਜੀ ਦਾ ਮੰਦਿਰ ਹੈ, ਉਹਨਾਂ ਨੇ ਆਪਣੀ ਮਦਰ ਅੰਜਨੀ ਮਾਤਾ ਨੂੰ ਅੱਜ ਬੁਲਾ ਲਿਆ। ਅੱਜ ਅੰਜਨੀ ਮਾਤਾ ਅਤੇ ਰਾਧਾ ਕ੍ਰਿਸ਼ਨ ਜੀ ਦੀ ਸਥਾਪਨਾ ਹੋ ਰਹੀ ਹੈ ਜਿਹੜਾ ਇੱਕ ਬਹੁਤ ਵੱਡਾ ਕੰਮ ਹੈ ਔਰ ਇਹ ਇੱਕ ਰਾਮ ਦਰਬਾਰ ਦੀ ਵੀ ਸਥਾਪਨਾ ਬਹੁਤ ਜਲਦੀ ਕਰਾਵਾਂਗੇ। ਸਾਡੇ ਦਿਮਾਗ 'ਚ ਇਹੀ ਹੈ ਕਿ ਸਾਰੇ ਬਠਿੰਡੇ ਦੇ ਵਿੱਚ ਇਸ ਮੰਦਿਰ ਦੀ ਇੰਨੀ ਮਹਿਮਾ ਹੋਵੇ ਕਿ ਜਿਹੜਾ ਇੱਥੇ ਆਏ ਉਹਨੂੰ ਮਨਮਾਨਸੀ ਫਲ ਮਿਲੇ। ਬਹੁਤ ਜਲਦੀ ਇੱਕ ਲੜਕੀ ਆ ਉਸੇ ਸਕੂਲ ਖੋਲ੍ਹ ਰਹੇ ਹਾਂ, ਸਰਾਈ ਦਾ ਜਿਹੜਾ ਚੋਪਰ ਖੁੱਲ੍ਹ ਚੁੱਕਿਆ ਉਹਦੇ ਵਿੱਚ ਫਰੀ ਆਫ ਕਾਸਟ ਐਜੂਕੇਸ਼ਨ ਦਿਆਂਗੇ। ਹਰ ਮਹੀਨੇ ਤਕਰੀਬਨ 60 ਔਰਤਾਂ ਨੂੰ ਅਸੀਂ ਵਿਧਾਨ ਨੂੰ ਰਾਸ਼ਨ ਦਿੰਦੇ ਹਾਂ। ਸ਼੍ਰੀ ਮਹਾਂਵੀਰ ਸਕੀਤਰ ਮੰਡਲ 99 ਸਾਲਾਂ ਤੋਂ ਬਠਿੰਡੇ ਸ਼ਹਿਰ 'ਚ ਧਾਰਮਿਕ ਅਤੇ ਸਮਾਜਿਕ ਕੰਮ ਕਰ ਰਿਹਾ ਹੈ ਔਰ ਇਹ ਸਾਰੇ ਲੋਕਾਂ ਦੀ ਮਦਦ ਨਾਲ ਹੋ ਰਿਹਾ ਜੋ ਸਾਡੀ ਮਦਦ ਕਰਦੇ ਹਾਂ। ਅਸੀਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਚਾਹਾਂਗੇ ਹਰ ਕੋਈ ਬੰਦਾ ਇੱਕ ਵਾਰੀ ਇੱਥੇ ਮਾਰ ਜ਼ਰੂਰ ਆ ਕੇ ਟੇਕੇ। ਜੈ ਸ਼੍ਰੀ ਰਾਮ।